ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਸ਼ਿਵਨੀ ਕੁਮਾਰ ਪਿਆਰੇ ਵਿਦਿਆਰਥੀਓ ਇਹ ਵੀਡੀਓ ਕਲਾਸ 9ਵੀਂ 10ਵੀਂ ਤੇ 11ਵੀਂ 12ਵੀਂ ਦੇ ਉਹਨਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਫਿਜ਼ੀਕਲ ਐਜੂਕੇਸ਼ਨ ਰੱਖੀ ਹੋਈ ਹੈ ਸਰੀਰਕ ਸਿੱਖਿਆ ਜਿਨ੍ਹਾਂ ਰੱਖੀ ਹੋਈ ਹੈ ਉਹਨਾਂ ਲਈ ਇਹ ਜ਼ਰੂਰੀ ਸੂਚਨਾ ਹੈ ਫਿਜ਼ੀਕਲ ਐਜੂਕੇਸ਼ਨ ਪੜਨ ਵਾਲੇ ਵਿਦਿਆਰਥੀਆਂ ਲਈ ਇਹ ਜ਼ਰੂਰੀ ਸੂਚਨਾ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਪੰਜਾਬ ਸਰਕਾਰ ਨੇ ਇੱਕ ਲੈਟਰ ਜਾਰੀ ਕੀਤਾ ਹੋਇਆ ਉਹ ਵਿਦਿਆਰਥੀ ਉਹ ਤੁਹਾਡੇ ਆ ਧਿਆਨ ਦੇਣ ਯੋਗ ਹੈ ਸਰਕੂਲਰ ਜਾਰੀ ਕੀਤਾ ਹੋਇਆ 8 ਜੁਲਾਈ ਨੂੰ ਸੋ ਇਹਦੇ ਚ ਇਹ ਕਿਹਾ ਗਿਆ ਹੈ ਅਕਾਦਮਿਕ ਸਾਲ 2022-23 ਯਾਨੀ ਇਹ ਜਿਹੜਾ ਸਾਲ ਚੱਲ ਰਿਹਾ ਵੈ ਸਕੈਂਡਰੀ 9ਵੀਂ ਤੋਂ 10ਵੀਂ ਅਤੇ ਸ਼੍ਰੇਣੀ ਲਈ ਸਿਹਤ ਤੇ ਸਰੀਰਿਕ ਸਿੱਖਿਆ ਤੇ ਸੀਨੀਅਰ ਸਕੈਂਡਰੀ ਭਾਵ 11ਵੀਂ ਤੇ 12ਵੀਂ 9ਵੀਂ 10ਵੀਂ ਤੇ 11ਵੀਂ 12ਵੀਂ ਸ਼੍ਰੇਣੀਆਂ ਲਈ ਸਰੀਰ ਸਿੱਖਿਆ ਤੇ ਖੇਡਾਂ ਵਿਸ਼ਾ ਲਈ ਲਿਖਤੀ ਪ੍ਰੀਖਿਆ ਦੀ ਅੰਕ ਵੰਡ ਵਿੱਚ ਸੋਧ ਕਰਨ ਸੰਬੰਧੀ ਯਾਨੀ ਲਿਖਤੀ ਜਿਹੜਾ ਐਗਜ਼ਾਮ ਹੋਣਾ ਹੈ ਉਹਦੇ ਵਿੱਚ ਅੰਕ ਨੰਬਰਾਂ ਦੇ ਮਾਰਕਸ ਦੇ ਵੰਡ ਦੀ ਚੇਂਜ ਹੋਈ ਹੈ ਪੰਜਾਬ ਰਾਜ ਦੇ ਸਰਕਾਰੀ ਐਫੀਲੀਏਟਿਡ ਪੰਜਾਬ ਰਾਜ ਦੇ ਸਰਕਾਰੀ ਵੀ ਅਫੀਲੀਏਟਡ ਸਕੂਲ ਮੁਖ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸੂਚਨਾ ਦਿੱਤਾ ਹੈ ਅਕਾਦਮਿਕ ਸਾਲ 2022-23 ਮਨ ਮਨ ਇਸ ਸਾਲ ਜਿਹੜੇ ਹੁਣ ਅ ਐਗਜ਼ਾਮ ਹੋਣਗੇ ਫਾਈਨਲ ਐਗਜ਼ਾਮ ਜੇ ਮਾਰਚ 2023 ਚ ਹੋਣਗੇ ਸਿਹਤ ਤੇ ਸਰੀਰ ਸਿੱਖਿਆ 11ਵੀਂ ਤੇ 12ਵੀਂ ਸ਼੍ਰੇਣੀ ਲਈ ਸਰੀਰ ਸਿੱਖਿਆ 9ਵੀਂ 10ਵੀਂ ਤੇ 11ਵੀਂ 12ਵੀਂ ਸਿਰਸ ਤੇ ਸਰੀਰ ਸਿੱਖਿਆ ਖੇਡਾਂ ਵਿਸ਼ਿਆਂ ਦੀ ਅੰਕ ਵੰਡ ਵਿੱਚ ਸੋਧ ਇਹ ਅਨੁਸਾਰ ਕੀਤੀ ਗਈ ਹੈ ਬੇਟਾ ਇਹ ਸੋਧ ਵੇਖਣ ਵਾਲੀ ਹੈ ਤੁਹਾਡੇ ਕੰਮ ਦੀ ਹੈ ਸਭ ਤੋਂ ਪਹਿਲੇ ਗੱਲ ਕਰਾਂਗੇ 9ਵੀਂ 10ਵੀਂ ਦੀ ਬੇਟਾ ਸਰੀਰ ਸਿੱਖਿਆ ਦਾ ਪੇਪਰ ਜਿਹੜਾ ਵਾ 9ਵੀਂ 10ਵੀਂ ਚ ਪਹਿਲੇ ਲਿਖਤੀ ਇਗਜ਼ਾਮ ਹੁੰਦਾ ਸੀ 20 ਨੰਬਰ ਦਾ ਹੁਣ ਲਿਖਤੀ ਇਗਜ਼ਾਮ ਹੋਏਗਾ 50 ਨੰਬਰ ਦਾ ਯਾਦ ਰੱਖਿਓ ਪੁੱਤਰ ਜਿਨ੍ਹਾਂ ਸਰੀਰ ਸਿੱਖਿਆ ਲਈ ਹੈ ਪਹਿਲੇ ਲਿਖਤੀ ਰਿਟਰਨ ਪੇਪਰ ਸੀ 20 ਨੰਬਰ ਦਾ ਹੁਣ ਹੋ ਗਿਆ 50 ਨੰਬਰ ਦਾ ਪ੍ਰਯੋਗੀ ਪ੍ਰੈਕਟੀਕਲ ਹੁੰਦਾ ਸੀ 70 ਨੰਬਰ ਦਾ ਹੁਣ ਹੋ ਗਿਆ ਪ੍ਰਯੋਗੀ 40 ਨੰਬਰ ਦਾ ਆਈ ਐਨ ਏ 10 ਅੰਕ ਯਾਨੀ ਇੰਟਰਨਲ ਅਸੈਸਮੈਂਟ ਜਿਹੜੀ ਤੁਹਾਡੇ ਅਧਿਆਪਕ ਲਾਉਂਦੇ ਨੇ ਉਹ 10 ਨੰਬਰ ਹੈ ਪਹਿਲਾਂ ਵੀ ਹੁਣ ਵੀ ਸੋ ਬਹੁਤ ਵੱਡੀ ਚੇਂਜ ਹੈ ਬੇਟਾ 9ਵੀਂ 10ਵੀਂ ਵਾਸਤੇ 10ਵੀਂ ਦੇ ਬੋਰਡ ਦੇ ਤੁਸੀਂ ਐਗਜ਼ਾਮ ਦੇਣੇ ਆ ਧਿਆਨ ਦੇਣਾ ਵੀ ਤੁਹਾਡਾ ਹੁਣ ਲਿਖਤੀ ਪੇਪਰ ਸਰੀਰ ਸਿੱਖਿਆ ਦਾ 50 ਅੰਕ ਦਾ ਆ ਠੀਕ ਹੈ ਤੇ ਪ੍ਰਯੋਗੀ 40 ਅੰਕ ਦਾ ਆ ਤੇ आईएन इंटरनल असेसमेंट 10 ਅੰਕ ਦੀ ਹੈ ਠੀਕ ਹੈ ਇਸ ਇਸ ਚੇਂਜ ਨੂੰ ਧਿਆਨ ਰੱਖਣਾ ਇਹ ਜਿਹੜਾ ਪਹਿਲੇ ਵਾਲਾ ਸੀ ਇਹ ਹੁਣ ਨਹੀਂ ਰਿਹਾ ਸਿਸਟਮ ਠੀਕ ਹੈ ਇਹਨੂੰ ਧਿਆਨ ਰੱਖਣਾ ਇਸੇ ਤਰ੍ਹਾਂ ਫਿਜ਼ੀਕਲ एजुकेशन ਆਰਟਸ ਦੇ ਵਿਦਿਆਰਥੀ ਜਿਹੜੇ ਚੰਗੇ ਕਿਉਂਕਿ ਮਾਰਕਸ ਚੰਗੇ ਆ ਜਾਂਦੇ ਨੇ ਇਸ ਕਰਕੇ ਸੀਰੀਅਸ ਸਿੱਖਿਆ ਰੱਖਦੇ ਆ ਉਹ ਵੀ ਧਿਆਨ ਦੇਣ ਪਹਿਲੇ ਜਿਹੜਾ ਸੀਗਾ ਲਿਖਤੀ ਪ੍ਰੀਖਿਆ 20 ਅੰਕ ਦੀ ਸੀ ਹੁਣ ਹੋ ਗਈ ਹੈ 50 ਅੰਕ ਦੀ ਪ੍ਰਯੋਗੀ ਪ੍ਰੀਖਿਆ ਪਹਿਲਾਂ ਸਾ ਤਰੰਗ ਦੀ ਸੂਣ ਹੋ ਗਈ ਹੈ 40 ਅੰਕ ਦੀ ਤੇ ਇੰਟਰਨਲ ਅਸੈਸਮੈਂਟ 10 ਅੰਕ ਦੀ ਪਹਿਲਾਂ ਸੀ 10 ਦੀ ਹੋਣਾ ਹੈ ਬੇਟਾ ਯਾਦ ਰੱਖ ਲਿਓ ਪਲੱਸ 2 ਪੋਲਿਟਿਕਲ ਸਾਇੰਸ ਇੱਕ ਸੀਰੀਅਸ ਸਬਜੈਕਟ ਹੈ 100 ਨੰਬਰ ਦਾ ਪੇਪਰ ਹੈ ਨੰਬਰ ਸ੍ਰੀਰਥ ਸਿੱਖਿਆ ਦੇ 12ਵੇਂ ਦੇ ਨੰਬਰ ਫਾਈਨਲ ਐਗਜ਼ਾਮ ਚ ਕਾਊਂਟ ਹੁੰਦੇ ਨੇ ਇਹਨਾਂ ਦਾ ਮੁੱਲ ਪੈਂਦਾ ਸੋ ਟੋਟਲ ਜਿਹੜਾ ਵਿਸ਼ੇ ਦੇ ਅੰਕ ਇਹਨੂੰ ਦੇ ਜੁੜਦੇ ਨੇ ਇਸ ਕਰਕੇ ਇਹਨੂੰ ਸੀਰੀਅਸਲੀ ਲੈਣਾ ਇਸ ਸੀਜ਼ਨ ਨੂੰ ਪਲਾਸ 2 ਵਾਲਿਆਂ ਦਾ ਲਿਖਤੀ ਪੇਪਰ 50 ਅੰਕ ਦਾ ਹੈ ਤੇ ਪ੍ਰਯੋਗੀ ਪੇਪਰ 40 ਅੰਕ ਦਾ ਹੈ ਇੰਟਰਨਲ ਅਸੈਸਮੈਂਟ 10 ਅੰਕ ਦੀ ਹੈ ਠੀਕ ਹੈ 10ਵੀਂ ਵਾਲਿਆਂ ਦਾ ਵੀ ਇਸੇ ਤਰ੍ਹਾਂ ਹੀ ਹੈ ਲਿਖਤੀ 50 ਅੰਕ ਪ੍ਰਯੋਗੀ 40 ਅੰਕ ਤੇ ਇੰਟਰਨਲ ਅਸੈਸਮੈਂਟ 10 ਅੰਕ ਦੀ ਸੋ ਇਹ ਚੇਂਜ ਬੋਰਡ ਨੇ ਕੀਤੀ ਹੈ ਇਸ ਸਾਲ ਤੋਂ ਹੁਣ ਜਿਹੜੇ ਬੱਚਿਆਂ ਨੇ 9ਵੀਂ 10ਵੀਂ ਜਾਂ 11ਵੀਂ 12ਵੀਂ ਦੇ ਐਗਜ਼ਾਮ ਦੇਣਗੇ ਸਰੀਰ ਸਿੱਖਿਆ ਦਾ ਉਹਦੇ 'ਚ ਇਹ ਚੇਂਜ ਆਏਗੀ ਸੋ ਮੈਨੂੰ ਆਸ ਹੈ ਕਿ ਤੁਸੀਂ ਇਹ ਸਿੱਖ ਲਿਆ ਹੋਏਗਾ ਪੋਲੀਟੀਕਲ ਸਾਇੰਸ ਨਾਲ ਰਿਲੇਟਡ ਤੇ ਜਰਨਲ ਨੌਲੇਜ ਨਾਲ ਰਿਲੇਟਡ ਆ ਜਿਹੜੀਆਂ ਪੋਸਟਾਂ ਨੇ ਮੇਰੇ ਚੈਨਲ ਕਨਸੈਪਟ ਗੁਰੂ ਏਕੇ ਤੇ ਪੈਂਦੀਆਂ ਨੇ ਤੁਸੀਂ ਲਗਾਤਾਰ ਵੇਖਦੇ ਰਹੋ ਲਾਈਵ ਕਲਾਸਿਸ ਵੀ ਲੱਗਦੀਆਂ ਨੇ ਸੋ ਵੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ ਏਕੇ ਤੇ ਇਸ ਚੀਜ਼ ਅਨੁਸਾਰ ਹੀ ਆਪਣੀ ਤਿਆਰੀ ਕਰੋ ਥੈਂਕ ਯੂ ਵੈਰੀ ਮੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵਿਦਿਆਰਥੀਆਂ ਨੂੰ ਜਾਣਕਾਰੀ ਮਿਲ ਸਕੇ ਥੈਂਕ ਯੂ